ਅੱਜ ਦੀ ਇਹ ਘਟਨਾ ਸਰਦਾਰ ਕਰਮ ਸਿੰਘ ਨੇ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਇਹ ਘਟਨਾ ਅੱਜ ਤੱਕ ਸਤਾ ਰਹੀ ਹੈ ਅਤੇ ਉਹ ਇੱਕ ਸਵਾਲ ਆਪਣੀ ਇਸ ਘਟਨਾ ਦੇ ਰਾਹੀਂ ਪੁੱਛਣਾ ਚਾਹੁੰਦੇ ਹਨ। ਆਪ ਸਭ ਲੋਕ ਉਹਨਾਂ ਦੇ ਸਵਾਲ ਦਾ ਜਵਾਬ ਦੇ ਕੇ ਉਹਨਾਂ ਦੇ ਸਿਰ ਤੋਂ ਇਹ ਬਹੁਤ ਵੱਡਾ ਭਾਰ ਲਾ ਸਕਦੇ ਹੋ। ਸਰਦਾਰ ਕਰਮ ਸਿੰਘ ਜੀ ਦੱਸਦੇ ਹਨ ਕਿ ਉਹ ਫਗਵਾੜਾ ਦੇ ਕਰੀਬ ਇੱਕ ਪਿੰਡ ਦੇ ਨਿਵਾਸੀ ਹਨ। ਹੋਰਨਾਂ ਪਿੰਡਾਂ ਦੇ ਵਾਂਗ ਵੀ ਉਹਨਾਂ ਦੇ ਪਿੰਡ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਹੈ, ਜੋ ਕਿ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਨਹੀਂ ਹੈ। ਪਿੰਡ ਦੇ ਲੋਕ ਜ਼ਿਆਦਾਤਰ ਬਾਹਰਲੇ ਦੇਸ਼ ਹਨ ਅਤੇ ਪੈਸਾ ਲਗਾ ਕੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕਾਫੀ ਵਧੀਆ ਤੇ ਸੁੰਦਰ ਬਣਾਈ ਗਈ ਹੈ ਅਤੇ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਹੈ। ਲੋਕਾਂ ਦੀ ਸ਼ਰਧਾ ਕਾਫੀ ਹੈ, ਅਖੰਡ ਪਾਠ ਚੱਲਦੇ ਰਹਿੰਦੇ ਹਨ ਪਰ ਕੋਈ ਸੁਣਦਾ ਨਹੀਂ ਹੈ। ਲੋਕ ਭੋਗ ਵਾਲੇ ਦਿਨ ਹੀ ਉੱਥੇ ਆ ਕੇ ਇਕੱਠੇ ਹੁੰਦੇ ਹਨ। ਇਹ ਗੱਲ ਵੀ ਪੱਕੀ ਹੈ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਚੜਾਵਾ ਬਹੁਤ ਜ਼ਿਆਦਾ ਹੈ। ਹਰ ਮਹੀਨੇ ਇਹ ਗੋਲਕ ਖੁੱਲ੍ਹਦੀ ਹੈ ਅਤੇ ਕਾਫੀ ਪੈਸਾ ਨਿਕਲਦਾ ਹੈ, ਕਿਉਂਕਿ ਅਖੰਡ ਪਾਠਾਂ 'ਤੇ ਕਾਫੀ ਸੰਗਤ ਆਉਂਦੀ ਹੈ ਅਤੇ ਜ਼ਿਆਦਾਤਰ NRI ਬੰਦੇ ਆਉਂਦੇ ਹਨ। ਵੈਸੇ ਵੀ ਕਾਫੀ ਲੋਕ ਇੱਥੇ ਕਾਫੀ ਮਾਇਆ ਦੀ ਸੇਵਾ ਕਰਦੇ ਹਨ। ਮੈਂ ਉਸੀ ਪਿੰਡ ਦਾ ਨਿਵਾਸੀ ਹਾਂ ਜਿਸ ਗੁਰਦੁਆਰਾ ਸਾਹਿਬ ਦੀ ਮੈਂ ਗੱਲ ਕਰ ਰਿਹਾ ਹਾਂ, ਅਤੇ ਅੱਜ ਤੋਂ 4 ਸਾਲ ਪਹਿਲਾਂ ਮੇਰੀ ਹਾਲਤ ਬਹੁਤ ਮਾੜੀ ਹੋ ਗਈ ਸੀ। ਮੇਰਾ ਪਰਿਵਾਰ ਵੱਡਾ ਸੀ, 4 ਲੜਕੀਆਂ ਸਨ ਜੋ ਵਿਆਹੁਣ ਵਾਲੀਆਂ ਸਨ। ਕਿਸੇ ਕਾਰਨਾਂ ਕਰਕੇ ਮੇਰਾ ਬਿਜ਼ਨਸ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ। ਕਿਸੇ ਸਮੇਂ ਦੇ ਵਿੱਚ ਮੇਰਾ ਕਾਰੋਬਾਰ ਬਹੁਤ ਵਧੀਆ ਸੀ, ਜਿਸ ਦੇ ਨਾਲ ਨਾਲ ਮੈਂ ਨਾਮ ਦਾ ਵੀ ਅਭਿਆਸੀ ਸੀ ਅਤੇ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਂਦਾ ਸੀ। ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਮੈਂ ਕਾਫੀ ਦਾਨ ਵੀ ਕਰਦਾ ਸੀ। ਸਮੇਂ ਨੇ ਰੁੱਖ ਬਦਲਿਆ ਤਾਂ ਮੈਂ ਅਸਮਾਨ ਤੋਂ ਜ਼ਮੀਨ ਦੇ ਉੱਤੇ ਆ ਡਿੱਗਿਆ। ਜਿੰਨਾ ਕੁ ਵੀ ਪੈਸਾ ਬਚਿਆ ਸੀ, ਸੋਨਾ, ਪਲਾਟ ਆਦਿ ਸਭ ਕੁਝ ਵੇਚ ਦਿੱਤਾ। ਮੇਰਾ ਇੱਕ ਘਰ ਸੀ, ਉਹ ਵੀ ਵਿਕ ਗਿਆ ਅਤੇ ਮੇਰਾ ਬਾਲ ਕਰਜ਼ੇ ਦੇ ਵਿੱਚ ਬਿੰਨਿਆ ਗਿਆ। ਹੁਣ ਮੈਂ ਕਿਰਾਏ ਦੇ ਘਰ ਦੇ ਉੱਤੇ ਰਹਿੰਦਾ ਹਾਂ ਅਤੇ ਪਰਿਵਾਰ ਨੂੰ ਦਿਹਾੜੀ ਕਰਕੇ ਚਲਾਉਣ ਲੱਗਿਆ, ਪਰ ਦਿਹਾੜੀ ਦੇ ਨਾਲ ਮੈਂ ਆਪਣੀਆਂ 4 ਲੜਕੀਆਂ ਵਿਆਹ ਨਹੀਂ ਸਕਦਾ ਸੀ। ਸੋ ਅਸਲ ਦੇ ਵਿੱਚ ਉਸ ਟਾਈਮ ਮੈਂ ਪਰੇਸ਼ਾਨ ਰਹਿਣ ਲੱਗਿਆ ਸੀ। ਕਿਸੇ ਗੰਭੀਰ ਬਿਮਾਰੀ ਨੇ ਮੇਰੀ ਪਤਨੀ ਨੂੰ ਵੀ ਆ ਘੇਰਿਆ ਸੀ ਅਤੇ ਇਲਾਜ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਸੀ, ਕਿਉਂਕਿ ਮੈਂ ਮਸੀ ਦਿਹਾੜੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਸੀ। ਪਰ ਮੈਂ ਹਾਰਿਆ ਨਹੀਂ ਅਤੇ ਮੈਂ ਪਿੰਡ ਦੇ ਵਿੱਚ ਕਾਫੀ ਮਦਦ ਮੰਗੀ, ਪਰ ਕੋਈ ਵੀ ਮਦਦ ਲਈ ਤਿਆਰ ਨਹੀਂ ਹੋਇਆ। ਅਕਸਰ ਅਜਿਹਾ ਹੁੰਦਾ ਹੈ ਕਿ ਆਪਾਂ ਵਿਆਹਾਂ ਦੇ ਵਿੱਚ ਫਜ਼ੂਲ ਖਰਚਾ 1 ਲੱਖ ਰੁਪਇਆ ਝੂਠੀ ਛਾਣ ਲਈ ਕਰ ਦਿੰਦੇ ਹਾਂ, ਪਰ ਕਿਸੇ ਲੋੜਵੰਦ ਦੀ ਮਦਦ ਕਰਨੀ ਹੋਵੇ ਤਾਂ ਸਾਨੂੰ ਕੋਈ ਬਾਂਹ ਨਹੀਂ ਫੜਾਉਂਦਾ ਅਤੇ ਸਾਨੂੰ ਭਿਖਾਰੀ ਸਮਝ ਕੇ ਅਣਗੌਲਿਆ ਕਰ ਦਿੰਦੇ ਹਨ, ਪਰ ਅਸਲ ਦੇ ਵਿੱਚ ਕੋਈ ਸੱਚ ਵਿੱਚ ਹੀ ਲੋੜਵੰਦ ਹੋ ਸਕਦਾ ਹੈ। ਸੋ ਮੈਂ ਪਿੰਡ ਦੇ ਕਾਫੀ ਲੋਕਾਂ ਦੇ ਨਾਲ ਗੱਲ ਕੀਤੀ, ਕਈ NRI ਵੀਰਾਂ ਦੇ ਨਾਲ ਵੀ ਗੱਲ ਕੀਤੀ, ਪਰ ਕਿਤੇ ਵੀ ਕੋਈ ਮੇਰੀ ਸੁਣਵਾਈ ਨਹੀਂ ਹੋਈ। ਪਿੰਡ ਦੇ ਵਿੱਚ ਮੇਰਾ ਗਵਾਂਢੀ ਸੁਰਜੀਤ ਸਿੰਘ ਸੀ ਜੋ ਇਟਲੀ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀ ਅਤੇ ਮੈਨੂੰ ਪਤਾ ਲੱਗਿਆ ਕਿ ਉਸਨੇ ਪਿੰਡ ਆਉਣਾ ਹੈ। ਮੇਰੀ ਉਮੀਦ ਜਾਗ ਉੱਠੀ, ਕਿਉਂਕਿ ਇਟਲੀ ਦੇ ਵਿੱਚ ਜਦੋਂ ਉਸਨੇ ਜਾਣਾ ਸੀ ਤਾਂ ਮੇਰੇ ਕੋਲੋਂ ਕੁਝ ਪੈਸੇ ਉਧਾਰ ਲੈ ਕੇ ਉਹ ਬਾਹਰ ਗਿਆ ਸੀ, ਪਰ ਜਦੋਂ ਉਸਦੇ ਕੋਲੋਂ ਮੈਂ ਪੈਸੇ ਮੰਗੇ ਤਾਂ ਉਸਨੇ ਵੀ ਮੈਨੂੰ ਇਹ ਕਹਿ ਦਿੱਤਾ ਕਿ ਕੰਮ ਠੰਡੇ ਹਨ ਅਤੇ ਮੇਰੇ ਕੋਲ ਪੈਸਾ ਨਹੀਂ ਹੈ। ਨਿਰਾਸ਼ ਹੋ ਕੇ ਮੈਂ ਵਾਪਸ ਘਰ ਆ ਗਿਆ ਅਤੇ ਹੁਣ ਆਖਿਰ ਬੰਦਾ ਹਾਰ ਕੇ ਮੌਤ ਬਾਰੇ ਹੀ ਸੋਚਦਾ ਹੈ, ਕਿਉਂਕਿ ਪਰੇਸ਼ਾਨੀਆਂ ਬੰਦੇ ਨੂੰ ਜਿਉਣ ਨਹੀਂ ਦਿੰਦੀਆਂ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚ ਅਨਾਊਂਸ ਹੁੰਦਾ ਹੈ ਕਿ ਸਰਦਾਰ ਸੁਰਜੀਤ ਸਿੰਘ ਇਟਲੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਲਈ 3 ਲੱਖ ਰੁਪਇਆ ਸੇਵਾ ਕਰਵਾਈ ਹੈ। ਜਦੋਂ ਇਹ ਗੱਲ ਮੇਰੇ ਕੰਨਾਂ ਨੇ ਸੁਣੀ ਤਾਂ ਮੈਨੂੰ ਬੜਾ ਧੱਕਾ ਲੱਗਿਆ ਕਿ ਮੇਰੀ ਪਤਨੀ ਦੇ ਇਲਾਜ ਦੇ ਲਈ ਉਸਦੇ ਕੋਲ 50,000 ਰੁਪਏ ਨਹੀਂ ਸੀ, ਪਰ ਗੁਰਦੁਆਰਾ ਸਾਹਿਬ ਪਹਿਲਾਂ ਹੀ ਇੰਨਾ ਸੁੰਦਰ ਬਣਿਆ ਹੋਇਆ ਹੈ ਅਤੇ ਉਸਦੇ ਲਈ ਉਸਨੇ 3 ਲੱਖ ਰੁਪਇਆ ਹੋਰ ਦੇ ਦਿੱਤਾ, ਜਿਸ ਦੀ ਲੋੜ ਵੀ ਨਹੀਂ ਸੀ। ਸੋ ਇਹ ਸੁਣ ਕੇ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ। ਫਿਰ ਮੈਂ ਬਹੁਤ ਸੋਚ ਵਿਚਾਰ ਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਮੇਟੀ ਦੇ ਅੱਗੇ ਆਪਣੀ ਫਰਿਆਦ ਰੱਖੀ ਕਿ ਉਸਦੀ ਮਦਦ ਕੀਤੀ ਜਾਵੇ, ਉਸਦੀ ਪਤਨੀ ਨੂੰ ਬਚਾਇਆ ਜਾਵੇ ਜੋ ਸਾਡੇ ਗੁਰੂਆਂ ਨੇ ਹੁਕਮ ਦਿੱਤਾ ਸੀ, ਕਿਉਂਕਿ ਮੈਂ ਆਪਣੀ ਪਤਨੀ ਦੇ ਇਲਾਜ ਦੇ ਲਈ ਪੈਸੇ ਮੰਗ ਰਿਹਾ ਸੀ, ਨਾ ਕਿ ਆਪਣਾ ਕਰਜ਼ਾ ਉਤਾਰਨ ਦੇ ਲਈ। ਪਰ ਹਰ ਥਾਂ ਦੀ ਤਰ੍ਹਾਂ ਇੱਥੇ ਵੀ ਮੈਨੂੰ ਨਾ ਹੀ ਮਿਲੀ ਅਤੇ ਹੋਰ ਵੀ ਮੈਨੂੰ ਗੱਲਾਂ ਸੁਣਨ ਨੂੰ ਮਿਲੀਆਂ। ਮੇਰੀ ਪਤਨੀ ਮਰ ਰਹੀ ਸੀ, ਘਰ ਦੇ ਵਿੱਚ ਖਾਣ ਨੂੰ ਰੋਟੀ ਨਹੀਂ ਸੀ ਅਤੇ ਰਿਸ਼ਤੇਦਾਰ ਗਵਾਂਢੀ ਵੀ ਸਾਥ ਛੱਡ ਚੁੱਕੇ ਸੀ। ਇੱਕ ਦਿਨ ਮੇਰੀ ਪਤਨੀ ਬਹੁਤ ਜ਼ਿਆਦਾ ਬਿਮਾਰ ਅਤੇ ਪਰੇਸ਼ਾਨ ਹੋ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਮਰਨ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਆਓ। ਮੈਂ ਤੁਹਾਨੂੰ ਸਾਰਿਆਂ ਨੂੰ ਤੰਗ ਕੀਤਾ ਹੋਇਆ ਹੈ ਅਤੇ ਮੈਂ ਹੋਰ ਤੁਹਾਡੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਗੁਰਦੁਆਰਾ ਸਾਹਿਬ ਤਾਂ ਗਿਆ ਪਰ ਆਪਣੀ ਪਤਨੀ ਦੀ ਮੌਤ ਦੀ ਅਰਦਾਸ ਕਰਨ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਇੱਕ ਸਵਾਲ ਪੁੱਛਣ। ਮੈਂ ਗੁਰਦੁਆਰਾ ਸਾਹਿਬ ਪਹੁੰਚ ਕੇ ਹੱਥ ਜੋੜ ਕੇ ਇਹ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ ਕਿ ਮਹਾਰਾਜ, ਮੈਂ ਅਤੇ ਮੇਰੀ ਪਤਨੀ ਮਰ ਰਹੇ ਹਾਂ, ਅੱਜ ਮੈਨੂੰ ਪੈਸਿਆਂ ਦੀ ਲੋੜ ਹੈ। ਤੁਹਾਡੇ ਦਰ 'ਤੇ 1 ਲੱਖ ਰੁਪਇਆ ਚੜ੍ਹਦਾ ਹੈ, ਕਿ ਤੁਹਾਨੂੰ ਇਹਨਾਂ ਪੈਸਿਆਂ ਦੀ ਲੋੜ ਹੈ? ਮੈਂ ਤੁਹਾਡੇ ਕੋਲ ਹੋਰ ਕੁਝ ਨਹੀਂ ਪੁੱਛਣਾ ਚਾਹੁੰਦਾ। ਮੈਂ ਬਸ ਹੋਰ ਕੁਝ ਨਹੀਂ ਕਿਹਾ ਅਤੇ ਮੱਥਾ ਟੇਕ ਕੇ ਵਾਪਸ ਆਉਣ ਲੱਗਿਆ। ਜਦੋਂ ਮੈਂ ਵਾਪਸ ਮੁੜ ਰਿਹਾ ਸੀ ਤਾਂ ਮੈਂ ਦੇਖਿਆ ਕਿ ਗੋਲਕ ਦੇ ਉੱਪਰ ਇੱਕ ਸਫੇਦ ਰੰਗ ਦਾ ਲਿਫਾਫਾ ਪਿਆ ਹੋਇਆ ਸੀ। ਮੈਂ ਦੇਖਿਆ ਤਾਂ ਉਸਨੂੰ ਚੁੱਕਿਆ ਤਾਂ ਉਸਦੇ ਵਿੱਚ ਪੈਸੇ ਸੀ, 2-2 ਹਜ਼ਾਰ ਦੇ ਨੋਟ ਸੀ ਅਤੇ ਕਰੀਬ 2.5 ਲੱਖ ਰੁਪਇਆ ਲੱਗ ਰਿਹਾ ਸੀ। ਪਹਿਲਾਂ ਤਾਂ ਮੈਂ ਗੋਲਕ ਦੇ ਉੱਤੇ ਰੱਖ ਦਿੱਤੇ, ਪਰ ਜਦੋਂ ਮੇਰੀ ਮਜਬੂਰੀ ਮੇਰੇ ਸਾਹਮਣੇ ਆਈ ਤਾਂ ਮੈਨੂੰ ਲੱਗਿਆ ਕਿ ਪਰਮਾਤਮਾ ਮੈਨੂੰ ਰਾਹ ਦਿਖਾ ਰਿਹਾ ਹੈ ਅਤੇ ਮੈਂ ਹੀ ਠੋਕਰ ਮਾਰ ਰਿਹਾ ਹਾਂ। ਗੁਰੂ ਸਾਹਿਬ ਨੇ ਮੈਨੂੰ ਜਵਾਬ ਤਾਂ ਦੇ ਦਿੱਤਾ ਪਰ ਮੈਂ ਹੀ ਸੁਣ ਨਹੀਂ ਅਤੇ ਸਮਝ ਨਹੀਂ ਰਿਹਾ। ਸੋ ਮੈਂ ਦੁਬਾਰਾ ਪਿੱਛੇ ਮੁੜਿਆ ਅਤੇ ਉਹ ਲਿਫਾਫਾ ਚੱਕ ਲਿਆ ਅਤੇ ਆਪਣੀ ਜੇਬ ਦੇ ਵਿੱਚ ਪਾ ਕੇ ਘਰ ਆ ਗਿਆ। ਪੈਸੇ ਤਾਂ ਮੈਂ ਲੈ ਲਏ ਪਰ ਅੰਦਰ ਡਰ ਸੀ
कि मैं चोरी की है, मैनू पाप लगेगा। होरना लोगों वाग चोरी करन तो बाद मैं कितने अन्ना ही ना हो जावा। पर मेरी पत्नी का दुख अगे आ गया तो मैं सब कुछ भुल के वो पैसे लैके घर आ गया तो अपनी पत्नी का इलाज होस्पिटल करवाना शुरू कर दिता। एक हफ्ता मेरी पत्नी होस्पिटल रख्या गया तो 1.5 लाख रुपया खर्चा आया, पर मेरी पत्नी 9 बार 9 हो गई तो मेरे को 1 लाख रुपया बच गया। मेरे अंदर होर कुछ नहीं सी, बस एक ही डर सी कि गुरद्वारा साहब के लगे हुए कैमरिया के मेरी चोरी फड़ी जाएगी तो पिंड पुलिस मेरा इंतजार कर रही होगी। सो एक हफ्ते बाद मैं पिंड गया, मेरी पत्नी बिल्कुल ठीक सी, पर पिंड कोई गल नहीं हुई, किसी ने पैसे चोरी करन दी गल भी नहीं की, सब कुछ नॉर्मल ही चल रहा सी। 10 कु दिन मैं देखिया पर कोई गल नहीं हुई। फिर मैं 11वें दिन वो पैसे जो 1 लाख रुपया बचिया सी वो गुरद्वारा साहब चढ़ाउण गया, पर उत्थे जाके मैनू बड़ी हैरानी हुई। जदों मैं उत्थे पैसे रख रहा सी तां एक आवाज़ मैनू आई कि ये पैसे तेरे ही हन, इन्हां नू वापस लै जा ते किसी कारोबार दे विच लगा दे ते अपनी कमाई का 10वां हिस्सा किसी लोड़वंद नू दे दिया कर ते मेरे पैसे पूरे हो जाणगे। वो आवाज़ सुन के मैं डर गया ते मैं वापस घर आ गया। कुछ दिनों बाद मैं 50,000 रुपए दे नाल एक सब्जी का काम शुरू कर दिता ते कमाई का 10वां हिस्सा हुक्म के अनुसार दसवंद विच देना शुरू कर दिता। हौली हौली मैं काम वधा लिया ते हुण मेरा परिवार खुश है ते मेरा कारोबार भी बहुत ज़्यादा वधिया है। शायद हो सकता है वह आवाज़ किसी होर की नहीं मेरे अंदर की ही होवे, पर मैं वह गुरु की आवाज़ समझ के वह भाणा मन्निया। बस मैं तुहाडे सब को एक ही गल पुछना चाहुंदा सी कि वह पैसे लैके मैं ठीक किया जां गलत किया, उसनों चोरी किया जा सकता है जां फिर परमात्मा की कृपा जां मदद। मैनू इसका जवाब दे के मेरे सिर के उत्ते पिया होया एक बोझ उतार दिओ। मैं तुहाडा सब का धन्नवादी होवांगा।